ਹੁਣ ਬੋਲੋ। ਬੋਲੋ। ਪਤਾ ਨਹੀਂ ਕਿੰਨੇ ਸਾਲ ਦੀ ਸਾਲ ਅੱਗੇ ਵਿਆਹ ਹੋਇਆ ਮੇਰਾ, ਪਾਕਿਸਤਾਨ ਹਿੰਦੁਸਤਾਨ ਤੋਂ ਬਣਨ ਦਾ। ਹੁਣ ਇਹਦੇ ਹੋਣ ਦਾ ਪਤਾ ਨਹੀਂ ਕਿਦੋਂ ਅਤੇ ਕਦੋਂ ਨਹੀਂ। ਹੁਣ ਸੁੱਖ ਨਾਲ ਮੈਂ ਪੋਤਰਿਆਂ ਪਰ ਪੋਤਰਿਆਂ ਦੀ ਦਾਦੀ ਬਣੀ ਬੈਠੀ ਹਾਂ। ਜਦੋਂ ਉਧਰੋਂ ਆਏ ਸੀ ਕਿੰਨੇ ਸਾਲਾਂ ਦੇ? ਜਦੋਂ ਉਧਰੋਂ ਆਈ ਸੀ ਉਦੋਂ ਕਿੰਨੇ ਸਾਲ ਦੀ ਸੀ? ਮੈਨੂੰ ਨਹੀਂ ਪਤਾ ਕਿੰਨੇ ਸਾਲ ਦੀ ਸੀ। ਨਹੀਂ ਪਤਾ ਨਾ ਇਹਨੇ ਸੱਚ ਮੇਰੇ ਪਿਓ ਮੇਰੇ ਗੱਲਾਂ ਕਰਦਾ ਹੁੰਦਾ ਵੀ ਸਾਲ ਅੱਗੇ ਹੋ ਗਿਆ ਵਿਆਹ ਹੋਏ ਨੂੰ ਤੇ ਜੇ ਵੱਡੋ ਟੁੱਕੀ ਚੱਲੀ ਹੈ ਤਾਂ। ਪਿੰਡ ਪਿੰਡ ਕਿਹੜਾ ਪਿੰਡ ਸੀ ਤੇਰਾ? ਮਾਛੀ ਸਿੰਘ ਵਰ ਸਾਵਰਾ ਮੇਰੇ ਪਿੰਡ ਵਰਸੀ ਆ। ਉੱਥੇ ਕੋਈ ਜ਼ਮੀਨ ਜਮੂਨ ਹੈਗੀ ਸੀ ਪਹਿਲਾਂ? ਜ਼ਮੀਨ ਹੈਗੀ ਸੀ ਤੁਹਾਡੀ? ਨਾ ਕੋਈ ਨਹੀਂ, ਮੇਰੇ ਪਿਓ ਨੇ ਜਾ ਕੇ ਜ਼ਮੀਨ ਲਈ ਹੈ। ਤੇ ਉੱਥੇ ਕੰਮ ਕੀ ਕਰਦੇ ਸੀ? ਦੁਕਾਨ ਦਾ, ਕਿਰਾਣਿਆਂ ਦਾ ਤੇ ਕੱਪੜਿਆਂ ਦਾ। ਸਾਰੇ ਮੇਰੇ ਵਿਚਾਰਾ ਸੱਜੀ ਮਜ਼ਦੂਰੀ ਸਾਈਂ ਕਰਦਾ ਤੇ ਸੱਜੀ ਖਾਂਦਾ। ਤੁਹਾਡੇ ਪਿਓ ਦਾ ਕੀ ਨਾਂ ਹੈ? ਹਾਂਜੀ, ਤੁਹਾਡੇ ਪਿਓ ਦਾ ਕੀ ਨਾਂ? ਮੇਰਾ ਪਿਓ, ਮੇਰੇ ਪਿਓ ਦਾ ਨਾਮ ਮੰਗਾ ਰਾਮ। ਮੰਗਾ ਰਾਮ ਤੇ ਜਾਤ ਕੀ? ਛਾਬੜੇ। ਛਾਬੜੇ ਤੇ ਇਧਰੋਂ ਸਹੁਰੇ? ਸਹੁਰੇ ਦਾ ਨਾਂ ਕੀ? ਸਹੁਰਿਆਂ ਦੇ ਕੁੱਕੜ ਨਾਂ ਕੀ? ਅਮੀਰ ਚੰਦ। ਅਮੀਰ ਚੰਦ, ਉਹ ਕੀ ਕੰਮ ਕਰਦੇ ਜੀ ਉੱਥੇ? ਉਹਨਾਂ ਮੈਨੂੰ ਪਤਾ, ਮੇਰੇ ਘਰ ਦੇ ਸਮਝਣ ਤੇ ਮਰ ਗਿਆ। ਮਰ ਗਿਆ ਸੀ ਉਹ ਮਰ ਗਿਆ। ਤੇ ਜਦੋਂ ਉਧਰੋਂ ਇਧਰ ਆਏ ਜੋ ਤੇ ਜਿਹੜਾ ਪੈਸਾ ਦੇਲਾ ਤੁਹਾਡਾ, ਕੋਈ ਪੈਸਾ ਟਕਾ ਜੋ ਸਾਰਾ ਛੱਡ ਕੇ? ਮਕਾਨ ਮਕੂਨ ਸਾਰਾ ਉੱਥੇ ਸਭ ਕੁਛ ਵੀ ਨਹੀਂ ਲਿਆ। ਐਡੀ ਕਹਿਕਾਂ ਦਾ ਛੰਨਾ ਲਿਆ ਸੀ ਸਬਜ਼ੀ ਪਾ ਕੇ, ਬਸ ਤੋ 1.25 ਕਿਲੋ ਸੱਸ ਮੇਰੀ ਸੋਨਾ ਲੈ ਗਿਆ, ਉਹ ਵੀ ਉੱਥੇ ਅਸੀਂ ਵੇਚ ਕੇ ਆ। 1.25 ਕਿਲੋ ਕਿੰਨਾ ਸੋਨਾ? ਕਿੰਨਾ? 300 ਦਾ, 5 ਰੁਪਏ ਦੀ ਹਿਸਾਬ ਨਾਲ ਗਿਣ ਲੈ। ਨਹੀਂ ਕਿੰਨਾ ਸੀ? 1.25 ਕਿਲੋ ਸੋਨਾ ਕਿੰਨਾ? 1.25 ਕਿਲੋ। ਤੇ 21 ਰੁਪਏ, 21 ਰੁਪਏ ਤੋਲਾ ਲਿਆ ਤੇ 5 ਰੁਪਏ? 5 ਰੁਪਏ ਤੋਲਾ ਦਿੱਤਾ ਸੀ। ਕੋਈ ਹੋਰ ਜਦੋਂ ਤੁਸੀਂ ਆਏ ਵੱਡਾ ਟੁੱਕੀ ਦਾ ਜਿਹੜਾ ਤੁਸੀਂ ਵੇਖਿਆ? ਵੱਡਾ ਟੁੱਕੀ ਮੈਨੂੰ ਨਹੀਂ ਸੰਭਾਲਿਆ, ਉਸ ਮਾਲਕ ਨੂੰ ਪਤਾ ਨਹੀਂ। ਦਰਿਆ ਦੇ ਵਿੱਚ ਜਿਹੜਾ ਪਾਣੀ ਵਗਦਾ ਸੀ ਉਹ ਲਾਲ ਸੀ? ਮੈਨੂੰ ਨਹੀਂ ਪਤਾ, ਮੈਨੂੰ ਕੋਈ ਸੰਭਾਲਿਆ ਨਹੀਂ। ਉਹੀ ਸਾਰੀਆਂ ਗੱਲਾਂ ਕਰਦੇ ਹੁੰਦੇ ਜਿਹੜੇ ਮੇਰੇ ਪਿਓ ਬਰਾਤ ਆਏ ਸੱਚ ਆਇਆ ਹੈ ਨਾ, ਉਹ ਗੱਲਾਂ ਕਰਦੇ ਬਈਆਂ ਦੇ ਵਿੱਚ ਨਾ। ਵੱਡੇ ਟੁੱਕੇ ਬੰਦੇ ਵੱਡੇ ਟੁੱਕੇ ਜੁੜੇ ਜਾਂਦੇ, ਖੂਨ ਦੀਆਂ ਨਦੀਆਂ ਚੱਲਦੀਆਂ ਸਨ, ਪਾਣੀ ਪੂਰੀ ਸੀ। ਮਾੜਾ ਮੂੰਹ ਐਨ ਕਰੀ ਸਾਫ ਆਊ। ਹੋਰ ਦੱਸ, ਸਹੀ ਹੋਰ ਹੋਰ ਚਾਹੀਦੇ ਨਾ ਬੱਚੀ? ਹੈਲੋ, ਤੇਰਾ ਨਾਂ ਕੀ ਚਾਹੀਦਾ? ਮੇਰਾ ਪ੍ਰਕਾਸ਼ ਤੇ। ਅੱਜ ਸਾਡੇ ਸਾਹਮਣੇ ਮਾਤਾ ਪ੍ਰਕਾਸ਼ ਦੇਵੀ, ਪਿੰਡ ਮਾਛੀ ਸਿੰਘ ਵਾਲਾ ਸੀ, ਜਿੱਥੋਂ ਦਾ ਯਾਨੀ ਕਿ ਉਹਨਾਂ ਦਾ ਜਨਮ ਹੈ। ਅਤੇ ਅੱਜ ਉਹਨਾਂ ਦੀ ਉਮਰ ਜਿਹੜੀ ਹੈ 80 ਸਾਲ ਤੋਂ ਉੱਤੇ ਹੋ ਚੁੱਕੀ ਹੈ। ਅੱਜ ਅਸੀਂ ਉਹਨਾਂ ਨੂੰ ਮਿਲ ਰਹੇ ਹਾਂ, ਉਹ ਆਪਦੀ ਹੱਡ ਬੀਤੀ ਸਾਨੂੰ ਦੱਸ ਰਹੇ ਆ ਕਿ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਉਸ ਵੇਲੇ ਉਹ 21 ਰੁਪਏ ਤੋਲਾ ਜਿਹੜਾ ਸੋਨਾ ਸੀਗਾ, 1.25 ਕਿਲੋ ਸੋਨਾ 5 ਰੁਪਏ ਤੋਲੇ ਦੇ ਹਿਸਾਬ 'ਤੇ ਉੱਥੇ ਵੇਚ ਕੇ ਆਏ। ਜ਼ਿਆਦਾ ਘਰ ਬਾਰ ਸਾਰਾ ਛੱਡ ਕੇ ਉਹ ਇੱਥੇ ਆ ਗਏ। ਇਹਨਾਂ ਦੀ ਸ਼ਾਦੀ ਵੀ 4 ਸਾਲ ਦੀ ਉਮਰ 'ਚ ਸ਼ਾਦੀ ਜਿਹੜੀ ਇਹਨਾਂ ਦੀ ਹੋਈ। ਕਿਹੜਾ ਪਿੰਡ ਦੱਸਿਆ ਜੀ? ਮਤਲਬ ਜਿਹੜਾ ਇਹਨਾਂ ਦਾ ਸਹੁਰਾ ਪਿੰਡ ਹੈ, ਵਰਸੀਆਂ ਪਿੰਡ ਤੋਂ ਇਹ ਮਾਤਾ ਨੇ ਅੱਜ ਇਹਨਾਂ ਮਿਲ ਕੇ ਬਹੁਤ ਸਾਨੂੰ ਇਹਨਾਂ ਨੇ ਆਪਦੇ ਦਿਲ ਦੇ ਜਿਹੜਾ ਅਰਮਾਨ ਆ ਸਾਨੂੰ ਦੱਸੇ ਵੀ ਇਹਨਾਂ ਨੇ ਆਪਦਾ ਸਾਰਾ ਜਿਹੜਾ ਕਾਰੋਬਾਰ ਉੱਥੇ ਛੱਡ ਕੇ ਆਏ ਨੇ। ਠੀਕ ਹੈ ਮਾਤਾ।